ਜੋ ਤੁਸੀਂ ਕਈ ਵਾਰੀ ਦੂਜਿਆਂ ਲਈ ਟੋਆ ਪੜਦੇ ਹੋ ਉਸੇ ਟੋਏ 'ਚ ਅਕਸਰ ਗਿਰਦੇ ਹੋ, ਔਰ ਕੇਜਰੀਵਾਲ ਉਸਦਾ ਸ਼ਿਕਾਰ ਹੋਇਆ ਉਸ ਰਾਜਨੀਤੀ ਦਾ। ਆਮ ਆਦਮੀ ਪਾਰਟੀ ਕੇਜਰੀਵਾਲ ਤੋਂ ਸ਼ੁਰੂ ਹੋ ਕੇ ਕੇਜਰੀਵਾਲ ਨਾਲ ਹੀ ਖਤਮ ਹੋ ਜਾਂਦੀ ਹੈ। ਹੁਣ ਤਾਂ ਹੁਣ ਆਪਾਂ ਦੇਖਾਂਗੇ ਕਿ ਕਿੱਡੇ ਕੁ ਮੁਜ਼ਾਹਰੇ ਕਰਦੇ ਨੇ ਅਤੇ ਕਿੱਡਾ ਇਹ ਕਰਦੇ ਨੇ। ਇੱਕ ਤੇਲੰਗਾਨਾ ਦੇ ਫਾਰਮਰ ਚੀਫ ਮਿਨਿਸਟਰ ਦੀ ਕੁੜੀ ਜਿਹੜੀ ਇਹਨਾਂ ਦੀ ਭਾਈਵਾਲ ਸੀ ਸ਼ਰਾਬ ਘੁਟਾਲੇ ਵਿੱਚ, ਉਹ ਕਹਿੰਦੀ 100 ਕਰੋੜ ਰੁਪਇਆ ਮੈਂ ਦਿੱਤਾ ਇਹਨਾਂ ਨੂੰ, ਅਸੀਂ ਲੈ ਕੇ ਦਿੱਤਾ, ਅਤੇ ਫਿਰ ਵੀ ਕਹੀ ਜਾਂਦੇ ਕੱਟੜ ਇਮਾਨਦਾਰ ਹੈ, ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਣ ਨੂੰ ਤਿਆਰ ਹੈਗੇ, ਅਤੇ ਸਾਨੂੰ ਆਣ ਕੇ ਪੰਜਾਬ ਦੀ ਧਰਤੀ 'ਚ ਮੈਨੂੰ ਕਹਿੰਦੇ ਜੇ ਸਮਗਲਰ ਫੜ ਲਿਆ ਸੀ ਇੱਕ ਪੰਜਾਬ 'ਚ, ਉਸ ਸਮਗਲਰ ਦੀ ਤਾਂ ਜ਼ਮਾਨਤ 4 ਮਹੀਨੇ 'ਚ ਹੋ ਗਈ ਹੈ। ਮੈਂ ਕੱਲ੍ਹ ਦਾ ਵਾਚ ਕਰ ਰਿਹਾ ਕਿ ਭਗਵੰਤ ਕਦੋਂ ਬੋਲੂਗਾ। ਇੱਕ ਹਿੰਦੀ ਦਾ ਟਵੀਟ ਸ਼ੇਅਰ ਕੀਤਾ ਇਹਨੇ ਜਿਹੜਾ ਦਿੱਲੀਓਂ ਬਣਾ ਕੇ ਭੇਜਿਆ ਹੋਣਾ ਉਹਨਾਂ ਨੇ, ਹਾਲੇ ਤੱਕ ਹੀ ਹੈਜ਼ ਨੋਟ ਸਪੋਕਨ ਇਨ ਫੇਵਰ ਆਫ ਅਰਵਿੰਦ ਕੇਜਰੀਵਾਲ। ਕੋਈ ਵੱਡੀ ਗੱਲ ਨਹੀਂ, ਅੰਦਰੋਂ ਖੁਸ਼ ਹੋਵੇ, ਇਹ ਵੀ ਚਾਹੁੰਦਾ ਹੋਣਾ ਕਿ ਲਾਲਾ ਜੀ ਜਾਣ ਅੰਦਰ ਤੇ ਮੈਂ ਆਪਣਾ ਆਜ਼ਾਦੀ ਦੇ ਨਾਲ ਕੰਮ ਕਰ ਸਕਾਂ। ਕੀ ਲੱਗਦਾ ਨੀ ਕਿ ਪਹਿਲੇ ਦਿਨ ਹੀ ਪੇਸ਼ ਹੋ ਜਾਣਾ ਚਾਹੀਦਾ ਸੀ ਕਿ ਦੇਖੋ ਜੀ ਜੇ ਮੈਂ ਗਲਤ ਹੈ ਮੇਰੀ ਜਾਂਚ ਕਰੋ, ਜੋ ਮੇਰੇ ਤੇ ਕਾਰਵਾਈ ਬੰਦ ਕਰੋ। 9 ਸਮਨ ਆਏ ਹੋਣੇ ਆ ਤੇ ਕੇਜਰੀਵਾਲ ਭਗੌੜਾ ਹੋਵੇ, ਇੱਥੋਂ ਸਾਬਤ ਹੋ ਜਾਂਦਾ ਕਿ ਝੂਠਾ ਵਾ ਜਾਂਦਾ। ਇੱਕ ਤਾਂ ਕਿ ਜੇ ਵੱਡਾ ਇਮਾਨਦਾਰ ਸੀ ਤਾਂ ਈਡੀ ਸਾਹਮਣੇ ਪੇਸ਼ ਹੁੰਦਾ। ਪਹਿਲਾਂ ਜਦੋਂ ਸਿੱਧਰ ਜਾਂ ਮਨੀਸ਼ ਸੋਧੀਆ ਜੇਲ੍ਹ 'ਚ ਗਿਆ, ਕੇਜਰੀਵਾਲ ਕਹਿੰਦੇ ਸੀ ਸਾਡੇ ਭਗਤ ਸਿੰਘ, ਰਾਜਗੁਰੂ, ਇਸ ਤਰੀਕੇ ਦੇ ਜਿਹੜੇ ਬੰਦੇ ਆ ਉਹ ਅੱਜ ਦੇ ਭਗਤ ਸਿੰਘ, ਰਾਜਗੁਰੂ ਸਾਡੇ ਜੇਲ੍ਹ 'ਚ ਗਏ ਆ, ਅਤੇ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਗਏ ਆ, ਹੁਣ ਕਿਹੜੇ ਆਜ਼ਾਦੀ ਘੁਰਾਟ ਗਏ ਜੇਲ੍ਹ 'ਚ ਗਏ ਮੰਨ ਸਕਦੇ ਹਾਂ ਆਪਾਂ। ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕੀ ਉਹ 1000 ਬੰਦਾ ਗਨਮੈਨ ਲੈ ਕੇ ਨਾਲ ਚੱਲਦਾ ਜੀ? ਔਰ ਪੰਜਾਬ ਦੀ ਪੁਲਿਸ ਜੇ ਕੇਜਰੀਵਾਲ ਦੇ ਖਿਲਾਫ਼ ਕੋਈ ਟਵੀਟ ਵੀ ਕਰਦੇ ਨਾ, ਉਹਨੂੰ ਦਿੱਲੀ ਚੱਕਣ ਜਾਂਦੀ ਹੈ। 5 ਮੁਕੱਦਮੇ ਇਕੱਲੇ ਮੇਰੇ ਦੇ ਕੀਤੇ ਨੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ, ਇਸ ਕਰਕੇ ਉਹ ਕਹਿੰਦੇ ਨੇ ਕਿ ਜੋ ਬੀਜੋਗੇ ਉਹੀ ਵੱਢੋਗੇ। ਜੇ ਇਹ ਕਹਿੰਦੇ ਨੇ ਕਿ ਅਸੀਂ ਕੱਟੜ ਇਮਾਨਦਾਰ ਹਾਂ, ਬੀਜੇਪੀ ਦੀ CBI ਅਤੇ ED ਦਾ ਮਿਸਯੂਜ਼ ਕਰ ਰਹੀ ਦਿੱਲੀ ਵਿੱਚ, ਦੇਸ਼ ਵਿੱਚ, ਮੈਂ ਉਸ ਗੱਲ ਨੂੰ ਸਹਿਮਤ ਹਾਂ ਕਿ ਹਾਂ ਬੀਜੇਪੀ ED ਅਤੇ CBI ਦਾ ਦੁਰਉਪਯੋਗ ਕਰ ਰਹੀ। ਪਹਿਲਾਂ ਇਹ ਦੱਸਣ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਦਾ ਦੁਰਉਪਯੋਗ ਇਹਨਾਂ ਨੇ ਨਹੀਂ ਕੀਤਾ। ਜੇ ਕਿਤੇ ਪੰਜਾਬ ਦੀ ਸ਼ਰਾਬ ਘੁਟਾਲਾ ਨੀਤੀ ਦਾ ਵੀ ਤਹਿਕੀਕਾਤ ਹੋਣੀ ਹੈ ਇੱਕ ਦਿਨ ਅਕਸਰ ਜੀ, ਉਹਦੇ ਵਿੱਚ ਇਹ ਸਾਰੇ ਕਾਬੂ ਆ ਜਾਣੇ ਆ, ਹਰਪਾਲ ਚੀਮਾ ਤੇ ਤੁਹਾਡੇ ਆ, ਭਗਵੰਤ ਵਗੈਰਾ ਸਾਰੇ, ਦੇ ਵਿਲ ਨੋਟ ਬੀ ਏਬਲ ਟੂ ਗੈਟ ਸਕੌਟ ਫਰੀ। 8-9 ਬੰਦੇ ਮਰ ਜਾਣ ਤੇ ਮੁੱਖ ਮੰਤਰੀ ਦਾ ਜਿਹੜਾ ਰੋਜ਼ ਸਵੇਰੇ ਉੱਠ ਕੇ ਗੀਤ ਗਾਉਂਦਾ, ਗੱਡੀ 'ਚ ਦੂਜਿਆਂ ਨੂੰ ਟਿਚਰਾਂ ਕਰਦਾ, ਟਵਿੱਟਰ ਤੇ 24 ਘੰਟੇ ਬੈਠਦਾ, ਇੱਕ ਟਵੀਟ ਵੀ ਨਹੀਂ ਕਰ ਸਕੇ ਉਹਨਾਂ ਦੇ ਹਮਦਰਦੀ ਵਾਸਤੇ। ਸਾਡੇ ਨਾਲ ਖਹਿਰਾ ਸਾਹਿਬ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ, ਅਰਵਿੰਦ ਕੇਜਰੀਵਾਲ ਦੀ ਬੀਤੇ ਰਾਤ ED ਵੱਲੋਂ ਗ੍ਰਿਫਤਾਰੀ ਕਰ ਲਈ ਗਈ ਹੈ, ਤਾਂ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਇਕੱਠ ਮੁਹਾਲੀ 'ਚ ਰੱਖਿਆ ਗਿਆ ਅਤੇ ਲਗਾਤਾਰ ਪੋਸਟਾਂ ਪੈ ਰਹੀਆਂ ਕਿ ਬਹੁਤ ਵੱਡਾ ਹਮਲਾ ਹੈ ਡੈਮੋਕ੍ਰੇਸੀ ਉੱਤੇ, ਲੋਕਤੰਤਰ ਦੇ ਉੱਤੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਬਿਲਕੁਲ ਇਨਸਾਫ ਪਸੰਦੀ ਨਾਲ ਕਹਿਣਾ ਚਾਹੁੰਦਾ, ਮੈਂ ਕਦੀ ਕਿਸੇ ਦੀ ਗ੍ਰਿਫਤਾਰੀ 'ਤੇ ਕੋਈ ਖੁਸ਼ੀ ਵਿਅਕਤ ਨਹੀਂ ਕੀਤੀ, ਨਾ ਮੈਂ ਕੋਈ ਖੁਸ਼ੀ ਜ਼ਾਹਰ ਕਰਦਾ, ਪਰੰਤੂ ਇਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੀ ਸੀਗਾ, ਕੀ ਇਹਨਾਂ ਨੇ ਜਮਹੂਰੀਅਤ ਦੀ ਹੱਤਿਆ ਪੰਜਾਬ ਦੇ ਵਿੱਚ, ਲੋਕਾਂ ਦੇ ਹਕੂਕ ਦੀ ਹੱਤਿਆ, ਉਹਨਾਂ ਦੇ ਜਿਹੜੇ ਹੱਕੀ ਮੰਗਾਂ ਸੀ, ਕੀ ਉਹਨਾਂ ਦੀ ਹੱਤਿਆ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਭਗਵੰਤ ਮਾਨ ਨੇ ਪੰਜਾਬ ਵਿੱਚ ਨਹੀਂ ਕੀਤੀ? ਜੇ ਇਹ ਕਹਿੰਦੇ ਨੇ ਕਿ ਅਸੀਂ ਕੱਟੜ ਇਮਾਨਦਾਰ ਹਾਂ, ਬੀਜੇਪੀ ਜੀ CBI ਅਤੇ ED ਦਾ ਮਿਸਯੂਜ਼ ਕਰ ਰਹੀ ਦਿੱਲੀ ਵਿੱਚ, ਦੇਸ਼ ਵਿੱਚ, ਮੈਂ ਉਸ ਗੱਲ ਨੂੰ ਸਹਿਮਤ ਹਾਂ ਕਿ ਹਾਂ ਬੀਜੇਪੀ ED ਅਤੇ CBI ਦਾ ਦੁਰਉਪਯੋਗ ਕਰ ਰਹੀ। ਪਹਿਲਾਂ ਇਹ ਦੱਸਣ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਦਾ ਦੁਰਉਪਯੋਗ ਇਹਨਾਂ ਨੇ ਨਹੀਂ ਕੀਤਾ, ਇੱਕ ਵਾਰ ਨਹੀਂ, ਦਰਜਨਾਂ ਲੋਕਾਂ ਦੇ ਖਿਲਾਫ਼ ਕੀਤਾ ਜੀ, ਹੁਣ ਤਾਂ ਸ਼ਾਇਦ ਸੈਂਕੜੇ ਹੋਣਗੇ। ਔਰ ਪੰਜਾਬ ਦੀ ਪੁਲਿਸ ਜੇ ਕੇਜਰੀਵਾਲ ਦੇ ਖਿਲਾਫ਼ ਕੋਈ ਟਵੀਟ ਵੀ ਕਰਦੇ ਨਾ, ਉਹਨੂੰ ਦਿੱਲੀ ਚੱਕਣ ਜਾਂਦੀ ਆ। ਇੱਕ ਵਿਚਾਰਾ ਯੂਟਿਊਬਰ ਸੀ, ਉਹਨੇ ਕਿਤੇ ਇਹਨਾਂ ਦਾ MP ਆ ਇੱਕ, ਆ ਜਿਹੜਾ ਲਵਲੀ ਯੂਨੀਵਰਸਿਟੀ ਵਾਲਾ, ਉਹਦੇ ਖਿਲਾਫ਼ ਵਿਚਾਰੇ ਨੇ ਕੋਈ ਪੋਸਟ ਪਾਤੀ ਜਾਂ ਕੁਛ ਬੋਲਿਆ ਹੋਣਾ, ਉਹਨੂੰ ਜੰਮੂ ਚੱਕਣ ਚਲੇ ਗਈ ਜੀ। ਪੰਜਾਬ ਪੁਲਿਸ ਟੂ ਸੈਟਲ ਪਰਸਨਲ ਸਕੋਰਸ, ਕੀ ਪੰਜਾਬ ਪੁਲਿਸ ਐਡੀ ਨਿਹੱਤੀ ਆ ਕਿ ਸਾਡੇ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਨੌਜਵਾਨਾਂ ਨੂੰ ਪਲੇਟ 'ਚ ਰੱਖ ਕੇ NSA ਲਾ ਕੇ ਕੇਂਦਰ ਨੂੰ ਦੇ ਕੇ ਡਿਬਰੂਗੜ੍ਹ ਜੇਲ੍ਹ ਭੇਜਦੇ, ਤਾਂ ਕੇਸ ਲਈ ਬਣੀ ਆ ਜੀ?
ਕਿ ਪੰਜਾਬ ਦੀ ਪੁਲਿਸ ਖਹਿਰੇ ਵਰਗੇ ਆਦਮੀਆਂ ਨੂੰ ਤੇ 9 ਸਾਲ ਪੁਰਾਣਾ ਮਨ ਘੜਤ ਝੂਠਾ ਮੁਕੱਦਮਾ ਕੱਢ ਕੇ ਉਹਨੂੰ ਐਡੇ ਖਤਰਨਾਕ ਕੇਸ ਫਸਾ ਦੇਣ ਕੇ ਉਹਦੀ ਸਾਰੀ ਜ਼ਿੰਦਗੀ ਤਬਾਹ ਕਰ ਦੇਣ, ਔਰ ਜਿੱਦਣ ਉਹਨੂੰ ਜ਼ਮਾਨਤ ਮਿਲ ਜਾਵੇ ਖਹਿਰੇ ਨੂੰ ਤੇ ਮੁੜ ਕੇ ਇੱਕ ਫਰਜ਼ੀ ਝੂਠਾ ਮੁਕੱਦਮਾ ਸੁਭਾਨਪੁਰ ਥਾਣੇ ਵਿੱਚ ਉਦਣ 3 ਵਜੇ ਤੜਕੇ ਦਰਜ ਕਰ ਦੇਣ, ਕੀ ਇਸ ਨੂੰ ਇਨਸਾਫ਼ ਪਸੰਦੀ ਕਹਿੰਦੇ ਨੇ ਜੀ? 5 ਮੁਕੱਦਮੇ ਇਕੱਲੇ ਮੇਰੇ ਦੇ ਕੀਤੇ ਨੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ। ਇਸ ਕਰਕੇ ਉਹ ਕਹਿੰਦੇ ਨੇ ਕਿ ਜੋ ਬੀਜੋਗੇ ਉਹੀ ਵੱਢੋਗੇ, ਜੋ ਤੁਸੀਂ ਕਈ ਵਾਰੀ ਦੂਜਿਆਂ ਲਈ ਟੋਆ ਪੱਟਦੇ ਹੋ ਉਸੇ ਟੋਏ 'ਚ ਅਕਸਰ ਗਿਰਦੇ ਹੋ, ਔਰ ਕੇਜਰੀਵਾਲ ਉਸਦਾ ਸ਼ਿਕਾਰ ਹੋਇਆ ਉਸ ਰਾਜਨੀਤੀ ਦਾ। ਅੱਜ ਦੇਖੋ ਕੇਜਰੀਵਾਲ ਦੇ ਮਗਰ ਖੜਨ ਵਾਲਾ ਕੌਣ ਹੈ ਜੀ? ਜੀ ਅਤੀਸ਼ੀ ਆ ਜੀ, ਇੱਕ ਸੌਰਭ ਆ ਗਿਆ ਜੀ। ਅਗਰ ਕੇਜਰੀਵਾਲ ਇਨਸਾਫ਼ ਪਸੰਦੀ ਨਾਲ ਚੱਲਿਆ ਹੁੰਦਾ ਤਾਂ ਸ਼ਾਇਦ ਉਹਦੇ ਪਿੱਛੇ ਖੜਨ ਵਾਲਾ ਅੱਜ ਪ੍ਰਸ਼ਾਂਤ ਭੂਸ਼ਣ ਹੁੰਦਾ ਜੀ, ਸ਼ਾਇਦ ਉਹਦੇ ਪਿੱਛੇ ਖੜਨ ਵਾਲਾ ਫੁਲਕਾ ਸਾਹਿਬ ਹੁੰਦੇ, ਡਾਕਟਰ ਧਰਮਵੀਰ ਗਾਂਧੀ ਹੁੰਦਾ, ਸੁੱਚਾ ਸਿੰਘ ਛੋਟੇਪੁਰ ਹੁੰਦਾ, ਗੁਰਪ੍ਰੀਤ ਘੁੱਗੀ ਹੁੰਦਾ, ਤੇ ਨਾਲ ਹੁੰਦਾ ਖਹਿਰਾ। ਤੁਸੀਂ ਅੰਦਾਜ਼ਾ ਲਾ ਲਓ ਉਹਦੇ ਪੰਜਾਬ ਦੇ ਅੱਜ ਕੌਣ ਹੈ ਇਹਨਾਂ ਦੇ ਪਿੱਛੇ ਖੜਨ ਵਾਲੇ? ਆਹ ਕੁਲਦੀਪ ਧਾਲੀਵਾਲ ਜੀ, ਸਮਝ ਗਏ? ਆਹ ਕੌਣ ਹੈ ਜੀ ਇਹਦੇ ਪਿੱਛੇ ਖੜਨ ਵਾਲੇ? ਆ ਜੀ ਆਪਣਾ ਜੀ ਡਾਕਟਰ ਬਲਬੀਰ ਜੀ, ਜਿਹਨਾਂ ਦੀ ਆਪਣੀ ਜਿਹਨਾਂ ਦਾ ਆਪਣਾ ਵਿਰੋਧ ਹੋ ਰਿਹਾ ਨਿੱਤ ਦਿਨ ਪੰਜਾਬ ਦੇ ਵਿੱਚ। ਆ ਕੌਣ ਹੈ ਜੀ? ਆ ਲਾਲਜੀਤ ਭੁੱਲਰ ਜੀ। ਇਸ ਕਰਕੇ ਅੱਜ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਕੇਜਰੀਵਾਲ ਤੋਂ ਸ਼ੁਰੂ ਹੋ ਕੇ ਕੇਜਰੀਵਾਲ ਨਾਲ ਹੀ ਖਤਮ ਹੋ ਜਾਂਦੀ ਹੈ। ਹੁਣ ਤਾਂ ਹੁਣ ਆਪਾਂ ਦੇਖਾਂਗੇ ਕਿ ਕਿੱਡੇ ਕੁ ਮੁਜ਼ਾਹਰੇ ਕਰਦੇ ਨੇ ਅਤੇ ਕਿੱਡਾ ਇਹ ਕਰਦੇ ਨੇ। ਮੈਂ ਇਹ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਹਲੇ ਵੀ ਵਕਤ ਹੈ ਇਹਨਾਂ ਦੇ ਝਾਂਸੇ 'ਚ ਨਾ ਆਓ, ਔਰ ਜਿਹੜੇ ਲੋਕ ਬਲਾਇੰਡਲੀ ਫੋਲੋ ਕਰਦੇ ਨੇ ਇਹਨਾਂ ਨੂੰ, ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੀ ਵਾਰੀ ਤਾਂ ਕਦੀ ਆਉਣੀ ਨਹੀਂ ਜ਼ਿੰਦਗੀ 'ਚ ਜੀ। ਤੁਸੀਂ ਦੇਖੋ 8 ਟਿਕਟਾਂ ਦਿੱਤੀਆਂ, 3 ਤਿਤਲੀਆਂ ਆ ਗਈਆਂ, ਰਿੰਕੂ ਜੀਪੀ ਤੇ ਨਾਲ ਉਹ ਆਪਣਾ ਚੱਬੇਵਾਲ ਜੀ, 5 ਮੰਤਰੀ ਆ ਗਏ ਜਿਹੜੇ ਵਿਚਾਰੇ ਦਰੀਆਂ ਚੱਕਦੇ ਨੇ, ਜਿਹੜੇ ਝੋਲੇ ਫੜਦੇ ਨੇ ਉਹ ਕਿੱਥੇ ਨੇ ਲੋਕ, ਜਿਹੜੇ ਕਹਿੰਦੇ ਸੀ ਪੈਂਚਰਾਂ ਵਾਲੇ ਰੇਹੜੀਆਂ ਵਾਲੇ ਲੈ ਕੇ ਆਏ, ਮਨਿੰਦਰ ਵੇਅਰ ਆਰ ਆਲ ਦੋਸ ਪੀਪਲ ਜੀ ਜੀ ਜੀ। ਸੋ ਜਿਹੜੀ ਪਾਰਟੀ ਆਪਣੀ ਵਿਚਾਰਧਾਰਾ ਦਾ ਕਤਲ ਕਰਦੀ ਆ, ਆਪਣੀ ਹੀ ਬਣਾਏ ਅਸੂਲਾਂ ਨੂੰ ਪੈਰਾਂ ਥੱਲੇ ਰੋਂਦਦੀ ਆ, ਆਈ ਡੂ ਨੋਟ ਥਿੰਕ ਕਿ ਪੰਜਾਬ ਦੇ ਜਿਹੜੇ ਅਖਲਾਕੀ ਤੇ ਗੈਰਤਮੰਦ ਲੋਕ ਕਦੀ ਉਹਨਾਂ ਨੂੰ ਮਾਫ਼ ਕਰਨਗੇ ਜੀ। ਇੱਕ ਪੋਸਟਾਂ ਬੜੀਆਂ ਪਾਈਆਂ ਜਾ ਰਹੀਆਂ ਕਿ ਇਮਾਨਦਾਰ ਰਾਜਨੀਤੀ ਦੇ ਉੱਤੇ ਹਮਲਾ, ਕੱਟੜ ਇਮਾਨਦਾਰ ਬੰਦੇ ਦੇ ਉੱਤੇ ਹਮਲਾ, ਤੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਤੋਂ ਬਾਅਦ ਇਮਾਨਦਾਰ ਲੀਡਰ ਨੇ ਕਿਸੇ ਨੇ ਯੁਰਤ ਨਹੀਂ ਕਰਨੀ। ਕੀ ਲੱਗ ਰਿਹਾ ਕਿ ਇੰਨੀ ਇਮਾਨਦਾਰੀ ਅਰਵਿੰਦ ਕੇਜਰੀਵਾਲ ਜੀ ਦੀ ਹੈ? ਨਹੀਂ ਇਹ ਬੋਗਸ ਪ੍ਰੋਪਾਗੈਂਡਾ ਜੀ। ਪਹਿਲਾਂ ਮੈਨੂੰ ਭਗਵੰਤ ਮਾਨ ਸਮੇਤ ਕੇਜਰੀਵਾਲ ਸਮੇਤ ਅਤੀਸ਼ੀ ਸੌਰਭ ਜਿਹੜੇ ਕਹਿੰਦੇ ਨੇ ਜਾਂ ਇੱਥੋਂ ਕੁਛ ਬੋਲਦੇ ਨੇ, ਇਹ ਦੱਸਣ ਕਿ ਇਸ ਦੇਸ਼ ਦੀ ਅਦਾਲਤਾਂ ਨੂੰ ਮੰਨਦੇ ਕਿ ਨਹੀਂ ਮੰਨਦੇ ਜੀ, ਕਿ ਇਹ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਆਦਰ ਕਰਦੇ ਨੇ। ਹੁਣ ਦੇਖੋ ਸੁਪਰੀਮ ਕੋਰਟ ਨੇ ਕੀ ਕੀਤਾ, ਜਿੱਦਣ ਸਤਿੰਦਰ ਜੈਨ ਤੇ ਮਨੀਸ਼ ਸਿਸੋਡੀਆ ਦੀਆਂ ਜ਼ਮਾਨਤਾਂ ਰਿਜੈਕਟ ਕੀਤੀਆਂ, ਉਹਨਾਂ ਨੇ ਆਰਡਰ ਵਿੱਚ ਲਿਖਿਆ ਕਿ ਜਿਹੜਾ ਦਿੱਲੀ ਸ਼ਰਾਬ ਘੁਟਾਲਾ ਇਹਦੇ 338 ਕਰੋੜ ਰੁਪਏ ਦੀ ਮਨੀ ਟ੍ਰੇਲ ਇਸਟੈਬਲਿਸ਼ ਹੁੰਦੀ ਆ ਜੀ। ਔਰ ਈਡੀ ਕੋਲ ਬਿਆਨ ਕਿਹਨੇ ਦਿੱਤਾ ਵਾ? ਕੇ ਕਵਿਤਾ ਜਿਹੜੀ BRS ਦੀ ਇੱਕ ਤੇਲੰਗਾਨਾ ਦੇ ਫਾਰਮਰ ਚੀਫ ਮਿਨਿਸਟਰ ਦੀ ਕੁੜੀ ਜਿਹੜੀ ਉਹਨਾਂ ਦੀ ਭਾਈਵਾਲ ਸੀ ਸ਼ਰਾਬ ਘੁਟਾਲੇ ਵਿੱਚ, ਉਹ ਕਹਿੰਦੀ 100 ਕਰੋੜ ਰੁਪਇਆ ਮੈਂ ਦਿੱਤਾ ਇਹਨਾਂ ਨੂੰ, ਅਸੀਂ ਲੈ ਕੇ ਦਿੱਤਾ, ਤੇ ਫਿਰ ਵੀ ਕਹੀ ਜਾਂਦੇ ਕੱਟੜ ਇਮਾਨਦਾਰ ਆ, ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਣ ਨੂੰ ਤਿਆਰ ਹੈਗੇ, ਤੇ ਸਾਨੂੰ ਆਣ ਕੇ ਪੰਜਾਬ ਦੀ ਧਰਤੀ 'ਚ ਮੈਨੂੰ ਕਹਿੰਦੇ ਜੀ ਸਮਗਲਰ ਫੜ ਲਿਆ ਸੀ ਇੱਕ ਪੰਜਾਬ 'ਚ ਜੀ। ਉਹ ਸਮਗਲਰ ਦੀ ਤਾਂ ਜ਼ਮਾਨਤ 4 ਮਹੀਨੇ 'ਚ ਹੋ ਗਈ ਹੈ, ਉਹ ਸਮਗਲਰ ਦੇ ਖਿਲਾਫ਼ ਤੁਸੀਂ ਤੜਕੇ ਇੱਕ ਹੋਰ ਬੋਗਸ ਕੇਸ ਕੀਤਾ, ਉਹਦੇ 'ਚ ਵੀ 11 ਦਿਨ ਬਾਅਦ ਜ਼ਮਾਨਤ ਹੋ ਗਈ ਹੈ, ਤੇ ਮਤਲਬ ਕਿ ਐਡੇ ਬੇਸ਼ਰਮ ਕਹਿ ਸਕਦਾ ਮੈਂ, ਦੈਟਸ ਆਲ ਆਈ ਕੈਨ ਸੇ, ਦੇ ਆਰ ਸੋ ਸ਼ੇਮਲੈਸ। ਫਿਰ ਵੀ ਕਹੀ ਜਾਂਦੇ ਕੱਟੜ ਇਮਾਨਦਾਰ ਹੈ ਉਹ ਬੰਦੇ। ਔਰ ਜਦੋਂ ਸਤਿੰਦਰ ਜੈਨ ਦੀ ਹੁਣ ਬੇਲ ਕੈਂਸਲ ਕੀਤੀ, ਜਿੱਦਣ ਮੇਰੇ NDPS ਦੀ ਕੁਆਸ਼ਿੰਗ ਦੀ ਪਟੀਸ਼ਨ ਵਿੱਚ ਨੋਟਿਸ ਹੋਇਆ, ਉਹ ਉਸੇ ਹੀ ਜੱਜ ਸਾਹਿਬ ਨੇ ਕਿਹਾ ਕਿ ਇਹਨਾਂ ਦੇ ਖਿਲਾਫ਼ ਬੜੇ ਪੁਖਤਾ ਇਲਜ਼ਾਮ, ਗੰਭੀਰ ਦੋਸ਼ ਨੇ। ਮੈਂ ਸਤਿੰਦਰ ਬੇਲ ਜੈਨ ਦੀ
ਜਿਹੜੀ ਉਹਨੂੰ ਸਿਹਤ ਪੱਖੋਂ ਦਿੱਤੀ ਸੀ ਇੰਟਰਿਮ ਬੇਲ ਕੈਂਸਲ ਕਰਦੀਆਂ, ਉਹਨੂੰ ਕਹਿੰਦੀ ਹਦਾਇਤ ਦਿੰਦੀ ਕਿ ਚੱਲ ਜੇਲ੍ਹ 'ਚ ਜੀ। ਫਿਰ ਵੀ ਇਹ ਕਹਿੰਦੇ ਜੀ ਅਸੀਂ ਕੱਟੜ ਇਮਾਨਦਾਰ ਦੂਜਿਆਂ ਨੂੰ ਬੇਈਮਾਨ ਗਰਦਾਨੀ ਜਾਂਦੇ ਨੇ ਜੀ। ਇਹ ਮਤਲਬ ਲਗਾਤਾਰ ਈਡੀ ਸੰਮਨ ਕਰ ਰਹੀ ਸੀ, 8 ਵਾਰ ਦੇ ਕਰੀਬ ਸੰਮਨ ਹੋਏ ਲਗਾਤਾਰ, ਆਖਿਰ ਦੇ ਉੱਤੇ ਤਾਂ ਹਾਈ ਕੋਰਟ ਜਿਹੜੀ ਕੋਰਟ ਨੇ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਹੁਣ ਤੁਸੀਂ ਇਸ ਤੋਂ ਅੱਗੇ ਨਹੀਂ ਤੁਹਾਨੂੰ ਮਿਲਣੀ। ਕੀ ਲੱਗਦਾ ਨਹੀਂ ਕਿ ਪਹਿਲੇ ਦਿਨ ਹੀ ਪੇਸ਼ ਹੋ ਜਾਣਾ ਚਾਹੀਦਾ ਸੀ ਕਿ ਦੇਖੋ ਜੀ ਜੇ ਮੈਂ ਗਲਤ ਹਾਂ ਮੇਰੀ ਜਾਂਚ ਕਰੋ, ਜੋ ਮੇਰੇ 'ਤੇ ਕਾਰਵਾਈ ਬਣਦੀ ਹੈ ਕਰੋ। ਦੇਖੋ ਦੂਜਿਆਂ ਨੂੰ ਕਿੱਦਾਂ ਰਾਏ ਦਿੰਦੇ ਨੇ ਇਹ ਸਾਰੇ ਪੋਸਟਾਂ ਪਾ ਪਾ ਕੇ ਜੀ, ਕਿ ਤੁਸੀਂ ਜੇ ਇਮਾਨਦਾਰ ਹੈ ਤੁਸੀਂ ਡਰਦੇ ਕਿਉਂ ਜੀ, ਤੁਸੀਂ ਬੇਲਾਂ ਕਿਉਂ ਕਰਾਉਂਦੇ ਹੋ ਜੀ, ਹਾਲਾਂਕਿ ਦੈਟ ਉਹ ਸਾਡਾ ਅਧਿਕਾਰ ਹੈ ਜੀ। ਲੇਕਿਨ ਅੱਜ ਮੈਂ ਪੁੱਛਣਾ ਚਾਹੁੰਦਾ, 9 ਸਮਨ ਆਏ ਹੋਣ ਯਾਰ, ਤੇ ਕੇਜਰੀਵਾਲ ਭਗੌੜਾ ਹੋਵੇ, ਇੱਥੋਂ ਸਾਬਤ ਹੋ ਜਾਂਦਾ ਕਿ ਝੂਠਾ ਵਾ ਜਾਂਦਾ। ਇੱਕ ਤਾਂ ਆਣ ਕੇ ਜੇ ਵੱਡਾ ਇਮਾਨਦਾਰ ਸੀ ਤਾਂ ਈਡੀ ਸਾਹਮਣੇ ਪੇਸ਼ ਹੁੰਦਾ, ਕਹਿੰਦਾ ਜੀ ਆਹ ਲਓ ਚੱਕੋ ਦੱਸੋ ਕੀ ਤੁਹਾਨੂੰ ਜਵਾਬ ਚਾਹੀਦਾ ਵਾ। ਲੇਕਿਨ ਜਦੋਂ ਆਦਮੀ ਭੱਜਦਾ ਸਮਨਾ ਤੋਂ ਭਗੌੜਾ ਹੁੰਦਾ ਵਾ, ਉਹ ਇਟ ਸੈਲਫ ਤੁਹਾਡੇ 'ਤੇ ਇਸ਼ਾਰਾ ਹੁੰਦਾ ਵਾ ਕਿ ਤੁਸੀਂ ਕੋਈ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ, ਇੱਥੇ ਤਾਂ ਦਾਲ ਹੀ ਸਾਰੀ ਕਾਲੀ ਆ ਜੀ। ਔਰ ਮੈਂ ਹੋਰ ਦੱਸ ਦੇਣਾ ਮਨਿੰਦਰ, ਉਹ ਪੰਜਾਬੀ ਦਾ ਇੱਕ ਪੁਰਾਣਾ ਚਰਚਿਤ ਜਿਹਾ ਗਾਣਾ, ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ। ਜੇ ਕਿਤੇ ਪੰਜਾਬ ਦੀ ਸ਼ਰਾਬ ਘੁਟਾਲਾ ਨੀਤੀ ਦਾ ਵੀ ਤਹਿਕੀਕਾਤ ਹੋਣੀ ਹੈ ਇੱਕ ਦਿਨ ਅਕਸਰ ਜੀ, ਉਹਦੇ ਵਿੱਚ ਇਹ ਸਾਰੇ ਕਾਬੂ ਆ ਜਾਣੇ ਆ, ਹਰਪਾਲ ਚੀਮਾ ਤੇ ਤੁਹਾਡੇ ਆ ਭਗਵੰਤ ਵਗੈਰਾ ਸਾਰੇ, ਦੇ ਵਿਲ ਨੋਟ ਬੀ ਏਬਲ ਟੂ ਗੈਟ ਸਕੌਟ ਫਰੀ। ਤੇ ਤੁਸੀਂ ਦੇਖਿਆ ਹੀ ਹੈ ਕਿ ਬੀਤੇ ਪਰਸੋਂ ਇੱਕ ਸ਼ਰਾਬ ਨਾਲ 8-9 ਦੇ ਕਰੀਬ ਮੌਤਾਂ ਹੋ ਗਈਆਂ ਹੈਗੀਆਂ ਦਿਲਬਾ ਹਲਕੇ 'ਚ, ਮੰਤਰੀ ਸਾਹਿਬ ਦੇ ਹਲਕਾ ਜਿਹਨਾਂ ਕੋਲ ਆਬਕਾਰੀ ਵਿਭਾਗ ਹੈ, ਤੇ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਦਾ ਨਾ ਉਹਦੇ 'ਤੇ ਬਿਆਨ ਨਾ ਕੋਈ ਗੱਲ, ਕੀ ਲੱਗ ਰਿਹਾ ਵੀ ਜਿਵੇਂ ਤੁਸੀਂ ਸ਼ਰਾਬ ਘੁਟਾਲੇ ਦੀ ਗੱਲ ਕਰ ਰਹੇ ਹੋ ਵੀ ਚੁੱਪ ਰਹਿਣਾ ਇਸ ਤਰੀਕੇ ਨਾਲ? ਬੜੀ ਦੁੱਖਦਾਈ ਗੱਲ ਹੈ ਜੀ, ਮੈਨੂੰ ਪਹਿਲਾਂ ਤਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਪੂਰਨ ਤੌਰ 'ਤੇ ਹਮਦਰਦੀ, ਮੈਂ ਤਾਂ ਦਿੱਲੀ ਆਇਆ ਹੋਇਆ ਸੀਗਾ, ਮੈਂ ਜਾਊਂਗਾ ਉੱਥੇ ਸਪੋਟ ਵਿਜ਼ਿਟ ਕਰੂੰਗਾ, ਪਰੰਤੂ ਇਹ ਜਿਹੜੇ ਕੁੱਠਿਆਂ 'ਤੇ ਚੜ੍ਹ ਕੇ ਰੌਲਾ ਪਾਉਂਦੇ ਸੀ, ਯਾਦ ਹੈ ਕਦੀ ਮਾਝੇ 'ਚ ਇੱਦਾਂ ਜਾਲੀ ਸ਼ਰਾਬ ਦੇ ਨਾਲ ਲੋਕ ਮਰ ਗਏ ਸੀਗੇ? ਜੀ ਜੀ ਜੀ। ਅਤੇ ਇਹ ਹੁਣ ਜਾਲੀ ਨਹੀਂ ਤਾਂ ਕੀ ਹੈ ਜੀ, ਦੱਸਿਓ ਮੈਨੂੰ ਜ਼ਰਾ, 8-9 ਬੰਦੇ ਮਰ ਜਾਣ ਅਤੇ ਮੁੱਖ ਮੰਤਰੀ ਦਾ ਜਿਹੜਾ ਰੋਜ਼ ਸਵੇਰੇ ਉੱਠ ਕੇ ਗੀਤ ਗਾਉਂਦਾ ਗੱਡੀ 'ਚ ਦੂਜਿਆਂ ਨੂੰ ਟਿਚਰਾਂ ਕਰਦਾ ਅਤੇ ਟਵਿੱਟਰ 'ਤੇ 24 ਘੰਟੇ ਬੈਠਦਾ, ਇੱਕ ਟਵੀਟ ਵੀ ਨਹੀਂ ਕਰ ਸਕਿਆ ਉਹਨਾਂ ਦੀ ਹਮਦਰਦੀ ਵਾਸਤੇ? ਇਹਦੇ ਨਾਲੋਂ ਜ਼ਿਆਦਾ ਮੰਦਭਾਗੀ ਸਰਕਾਰ ਸਾਡੇ ਪੰਜਾਬ ਦੇ ਉੱਤੇ ਆਣ ਕੇ ਥੋਪ ਦਿੱਤੀ ਇਸ ਕੇਜਰੀਵਾਲ ਨੇ, ਇਹਦਾ ਹੁਣ ਹਿਸਾਬ ਜਿਹੜਾ ਮੈਂ ਇਹੀ ਕਹਿ ਸਕਦਾ ਕਿ ਲੋਕਾਂ ਦੀ ਕਚਹਿਰੀ ਵਿੱਚ ਹੋਊਗਾ ਉੱਥੇ। ਪਹਿਲਾਂ ਜਦੋਂ ਸਤਿੰਦਰ ਜੈਨ ਮਨੀਸ਼ ਸੋਧੀਆ ਜੇਲ੍ਹ 'ਚ ਗਏ ਆ, ਕੇਜਰੀਵਾਲ ਕਹਿੰਦੇ ਸੀ ਸਾਡੇ ਭਗਤ ਸਿੰਘ ਰਾਜਗੁਰੂ ਇਸ ਤਰੀਕੇ ਦੇ ਜਿਹੜੇ ਬੰਦੇ ਆ, ਉਹ ਅੱਜ ਦੇ ਭਗਤ ਸਿੰਘ ਰਾਜਗੁਰੂ ਸਾਡੇ ਜੇਲ੍ਹ 'ਚ ਗਏ ਆ, ਅਤੇ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਗਏ ਆ, ਹੁਣ ਕਿਹੜੇ ਆਜ਼ਾਦੀ ਘਰਾਟੀਏ ਜੇਲ੍ਹ 'ਚ ਗਏ ਮੰਨ ਸਕਦੇ ਹਾਂ ਆਪਾਂ? ਨਹੀਂ ਦੇਖੋ ਜੀ, ਇਹ ਮੈਂ ਦੱਸਾਂ ਤੁਹਾਨੂੰ, ਇਹ ਜਿਹੜੀਆਂ ਪਿੱਛੇ ਫੋਟੋਆਂ ਟੰਗੀਆਂ ਨਾ ਸ਼ਹੀਦ ਭਗਤ ਸਿੰਘ ਜੀ ਦੀ ਅਤੇ ਬਾਬਾ ਸਾਹਿਬ ਅੰਬੇਦਕਰ ਦੀ, ਇਹ ਲਾਦਣੀਆਂ ਚਾਹੀਦੀਆਂ। ਜਿੱਦਣ ਇਹਨਾਂ ਨੇ NSA ਲਾਈ ਸੀ ਨਾ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਜੇਲ੍ਹ ਭੇਜਿਆ ਸੀ, ਅਤੇ ਜਿੱਦਣ ਇਹ ਆਪਣੇ ਵਿਰੋਧੀਆਂ 'ਤੇ ਝੂਠੇ ਮੁਕੱਦਮੇ ਦਰਜ ਕਰਨ ਲੱਗ ਗਏ ਸੀ, ਪਹਿਲਾਂ ਲਾਹ ਦਿਓ ਰੱਖ ਦਿਓ ਸਾਈਡ 'ਤੇ, ਔਰ ਇਹਨਾਂ ਨੇ ਆਪਣੇ ਅਸੂਲ ਬਣਾਏ ਘੜੇ ਜਿਹੜੇ ਉਹ ਤੋੜੇ ਜੀ, ਅਖੇ ਜੀ VIP ਕਲਚਰ ਅਸੀਂ ਖਤਮ ਕਰਾਂਗੇ। ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ, ਕੀ ਉਹ 1000 ਬੰਦਾ ਗਨਮੈਨ ਲੈ ਕੇ ਨਾਲ ਚੱਲਦਾ ਜੀ? ਜੀ, ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਅਤੇ ਉਹ ਜਿਹੜਾ ਦੁਰਉਪਯੋਗ ਕਰ ਰਹੇ ਨੇ, ਮਹਿਲਾਂ ਵਿੱਚ ਰਹਿੰਦੇ ਨੇ, ਲੈਕਸਿਸ ਗੱਡੀਆਂ 3-3 4-4 ਕਰੋੜ ਦੀ ਗੱਡੀਆਂ ਵਿੱਚ ਚੜ੍ਹਦਾ, ਸਾਰਾ ਪਰਿਵਾਰ ਚੜ੍ਹਦਾ ਜੀ, ਇਕੱਲਾ ਆਪ ਨਹੀਂ ਚੜ੍ਹਦਾ ਜੀ, ਤੋ ਇਸ ਕਰਕੇ ਇਹਨਾਂ ਨੇ ਉਹਨਾਂ ਦਾ ਵੀ ਮਜ਼ਾਕ ਉਡਾਇਆ ਵਿਚਾਰਿਆਂ ਦਾ ਜੀ। ਔਰ ਕੀ ਜੇ ਬਾਬਾ ਸਾਹਿਬ ਅੰਬੇਦਕਰ ਜਿੰਦੇ ਹੁੰਦੇ ਹੋ, ਇੱਦਾਂ ਦਾ NSA ਵਰਗਾ ਕਾਲਾ ਕਾਨੂੰਨ ਲਾਉਂਦੇ ਜੀ ਕਦੇ? ਸੋ ਮੇਰਾ ਖਿਆਲ ਆ ਕਿ ਮੈਨੂੰ ਲੱਗਦਾ ਵਾ ਪੰਜਾਬ ਦੇ ਲੋਕ ਅੱਛੀ ਤਰ੍ਹਾਂ ਨਾਲ ਇਹਨਾਂ ਦੇ ਕਿਰਦਾਰ ਨੂੰ ਪਹਿਚਾਣ ਚੁੱਕੇ ਨੇ, ਔਰ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਕਰਾਰਾ ਜਵਾਬ ਦੇਣਗੇ, ਜਿੰਨੀਆਂ ਮਰਜ਼ੀ ਇਕੱਠ ਕਰ ਲੈਣ, ਜਿੰਨੀਆਂ ਮਰਜ਼ੀ ਪੋਸਟਾਂ ਪਾ ਲੈਣ, ਹੁਣ ਪੰਜਾਬ ਦੇ ਲੋਕ ਇਹਨਾਂ ਦੇ ਝੂਠੇ ਝਾਂਸਿਆਂ ਵਿੱਚ ਨਹੀਂ ਆਉਣਗੇ ਜੀ। ਕੀ ਲੱਗਦਾ ਹੈ ਜੇ ਅਰਵਿੰਦ ਕੇਜਰੀਵਾਲ ਦੀ ਜਾਣ ਤੋਂ ਬਾਅਦ ਜਿਵੇਂ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ 13-0 ਹੋ ਜਾਣਾ, ਉਹ ਹੋਊਗਾ ਹੁਣ?
ਭਗਵੰਤ ਆਪ ਹੀ ਨਹੀਂ ਬੋਲਿਆ ਹਲੇ ਤੱਕ ਜੀ, ਮੈਂ ਕੱਲ ਦਾ ਵਾਚ ਕਰ ਰਿਹਾ ਕਿ ਭਗਵੰਤ ਕਦੋਂ ਬੋਲੂਗਾ। ਇੱਕ ਹਿੰਦੀ ਦਾ ਟਵੀਟ ਸ਼ੇਅਰ ਕੀਤਾ ਇਹਨੇ ਜਿਹੜਾ ਦਿੱਲੀਓਂ ਬਣਾ ਕੇ ਭੇਜਿਆ ਹੋਣਾ ਉਹਨਾਂ ਨੇ ਜੀ, ਹਲੇ ਤੱਕ ਹੀ ਹੈਜ਼ ਨੋਟ ਸਪੋਕਨ ਇਨ ਫੇਵਰ ਆਫ ਅਰਵਿੰਦ ਕੇਜਰੀਵਾਲ। ਕੋਈ ਵੱਡੀ ਗੱਲ ਨਹੀਂ, ਅੰਦਰੋਂ ਖੁਸ਼ ਹੋਵੇ ਇਹ, ਇਹ ਵੀ ਚਾਹੁੰਦਾ ਹੋਣਾ ਕਿ ਲਾਲਾ ਜੀ ਜਾਣ ਅੰਦਰ ਤੇ ਮੈਂ ਆਪਣਾ ਆਜ਼ਾਦੀ ਦੇ ਨਾਲ ਕੰਮ ਕਰ ਸਕਾਂ। ਸੋ ਇਸ ਕਰਕੇ ਇਹ ਪਾਰਟੀ ਅਰਵਿੰਦ ਕੇਜਰੀਵਾਲ ਤੋਂ ਸ਼ੁਰੂ ਹੁੰਦੀ ਤਾਂ ਉੱਥੇ ਮੁੱਕ ਜਾਂਦੀ। ਹੁਣ ਕੌਣ ਉਹਨੂੰ ਡਿਫੈਂਡ ਕਰ ਰਿਹਾ? ਦੇਖੋ ਅਤੀਸ਼ੀ, ਮਤਲਬ ਅਗਰ ਅੱਜ ਮੈਂ ਜਿੱਦਾਂ ਸ਼ੁਰੂ 'ਚ ਕਿਹਾ ਸੀਗਾ ਕਿ ਅਗਰ ਪ੍ਰਸ਼ਾਂਤ ਭੂਸ਼ਣ ਵਰਗੇ ਹੁੰਦੇ ਨੈਸ਼ਨਲ ਲੈਵਲ ਦਾ ਲੀਡਰ, ਛੱਡਿਆ ਹੀ ਨਹੀਂ ਇਸ ਬੰਦੇ ਨੇ ਜੀ ਕੋਈ ਵੀ ਜੀ ਜੀ ਜੀ। ਹਾਂ, ਇਸ ਕਰਕੇ ਇਹਨਾਂ ਨਾਲ ਉਹ ਕੀ ਕਹਿੰਦੇ ਹੁੰਦੇ ਕਿ ਜੋ ਦੁਬਾਰਾ ਕਹਿ ਦੇਣਾ ਕਿ ਜੋ ਬੀਜੋਗੇ ਉਹੀ ਵੱਢੋਗੇ। ਇਹਨਾਂ ਨੇ ਦੁਸ਼ਮਣੀ ਬੀਜੀ ਆ, ਬਦਲਾਖੋਰੀ ਬੀਜੀ ਆ, ਭ੍ਰਿਸ਼ਟਾਚਾਰ ਬੀਜਿਆ ਵਾ, ਔਰ ਉਹੀ ਇਹ ਵੱਢ ਰਹੇ ਨੇ ਜੀ। ਜੀ ਜੀ, ਬਹੁਤ ਬਹੁਤ ਧੰਨਵਾਦ ਖੇਰਾ ਸਾਹਿਬ ਸਮਾਂ ਦੇਣ ਲਈ। ਮਿਹਰਬਾਨੀ, ਸ਼ੁਕਰੀਆ ਬ੍ਰਦਰ।